ਖੁਸ਼ੀ ਬੜੀ ਹੁੰਦੀ ਕੌਣ ਤੈਨੂੰ ਨੀ ਕਮਲ ਦੀ ਐਕਟ ਵਾ ਬਹੁਤ ਜ਼ਿਆਦਾ ਸੋਹਣੀ ਆ ਹੁਣ ਹੁਣ ਡਰਿਆ ਕਰੇਗੀ ਸਾਨੂੰ ਹੀ ਖੜਿਆ ਕਰੇਗੀ ਮੱਸਿਆ ਮੱਸਿਆ ਤੈਨੂੰ ਜਾਂਚ ਤਾਂ ਹੈਗੀ ਮੈਂ ਵੇਖਣ ਦੀ ਹਾਂ ਵੀਡੀਓ ਦੇ ਵਿੱਚ ਅੱਛਾ ਫੋਨ ਕੀਤਾ ਰਹੀ ਜਾਵੇ ਚੱਲ ਰੋਈ ਦਾ ਨੀ ਹੁੰਦਾ ਕੁਛ ਨੀ ਹੋਇਆ ਦੁੱਖ ਸੁੱਖ ਇੱਦਾਂ ਚੱਲ ਰਿਹਾ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ ਅਨਹਦ ਆ ਕਿਥੇ ਚ ਸਤਿ ਸ਼੍ਰੀ ਅਕਾਲ ਅਤੇ ਅਸੀਂ ਇੱਕ ਨਿਕਾ ਜਿਹਾ ਟੇਬਲ ਬਣਾਇਆ ਆਪਣੀ ਮਸ਼ੀਨ ਵਾਸਤੇ ਮੈਂ ਤੇ ਅਨਹਦ ਨੇ ਤੇ ਉਹ ਵੀਰ ਸਾਡੇ ਨੇ ਸਾਰੀ ਮਿਹਨਤ ਵੀਰ ਦੀ ਆ ਸਾਡੀਆਂ ਤਾਂ ਗੱਲਾਂ ਹੀ ਹੈ ਹਾਂ ਅਨਹਦ ਨੇ ਵੀ ਸਪੋਰਟ ਕੀਤੀ ਕਮਲ ਅੱਜ ਆਈ ਜਗਦੇਕ ਨਾ ਆਪਣੀ ਐਕਟੀਵਾ ਵਿਖਾਉਣਾ ਜੀ ਆ ਵੀ ਵਿਖਾਈਏ ਜਾ ਕੇ ਪਹਿਲਾ ਸਮਾਂ ਵੇਲੋ ਕਿਦਾਂ ਤੈਨੂੰ ਜ਼ਿਆਦਾ ਸ਼ੌਂਕ ਹੈ ਨੱਚਣ ਦਾ ਨਾ ਮੇਰਾ ਅੱਧੀਆਂ ਬਾਹਾਂ ਦੇ ਸੂਟ ਪਾਏ ਸਿਆਲ ਸਿਆਲ ਹੀ ਆ ਦਸੰਬਰ ਦਾ ਮਹੀਨਾ ਸੀ ਨਾ ਦਸੰਬਰ ਹਾਂ ਰਾਜਵੀਰ ਦੇ ਸੁੱਖੜੇ ਅੱਧੀਆਂ ਬਾਹਾਂ ਦੇ ਪਾਏ ਜਦੋਂ ਲੱਗੀ ਪਿਆਸ ਠੰਡ ਇਹਨਾਂ ਨੂੰ ਫਿਰ ਕੁੰਗੜਨ ਦੋਵੇਂ ਜਿਹੜੀਆਂ ਫਿਰ ਕੋਟੀਆਂ ਕਢਾ ਕੇ ਇਹਨਾਂ ਨੂੰ ਪਾਈਆਂ ਸੀ ਰਾਜਵੀਰ ਦਾ ਕਿ ਜਿੰਦਰ ਦਾ ਸੀ ਤੁਹਾਡੇ ਵਿਆਹ ਦੇ ਤੁਹਾਡੇ ਵਿਆਹ ਦੇ ਕਿੰਨੀ ਠੰਡ ਸੀ ਆਹੋ ਬੜੀ ਖਾਗੀ ਸੀ ਰਾਜਵੀਰ ਦੇ ਤੁਹਾਡੇ ਮੰਦੀ ਦੀ ਬਿਮਾਰ ਹੋ ਗਏ ਸੀ ਹਾਂ ਅੱਧੀਆਂ ਬਾਹਾਂ ਦੇ ਪਾਏ ਬਿਮਾਰ ਦੇ ਆਪੇ ਹੋਣਾ ਹੈ ਰਹਿਮਤ ਪਾਰਟੀ ਪਾਰਟੀ ਐਕਟੀਵਾ ਜੀ ਰਹਿਮਤ ਨੇ ਪੀਜ਼ਾ ਖੋਣਾ ਹਣਾ ਖੋਣਾ ਪੀਜ਼ਾ ਉਹਨੇ ਮੂੰਹ ਹੀ ਕਰ ਲਿਆ ਬਰਗਰ ਪੀਜ਼ਾ ਨਹੀਂ ਪੀਜ਼ਾ ਤਾਂ ਕਮਲ ਵਾਲ ਬਣਦਾ ਤੇ ਐਕਟਰਾਂ ਤੇ ਕਮਲ ਦੀ ਆ ਵਧਾਈਆਂ ਹੋਰ ਫਿਰ ਤੋਂ ਪਾਰਟੀ ਪਾਰਟੀ ਹੁੰਦੀ ਨਹੀਂ ਪਾਰਟੀ ਖਾਣ ਨੂੰ ਮੈਂ ਤਾਂ ਗਵਾਲੀ ਚੱਲ ਇੱਥੇ ਕਰ ਲਈ ਕੋਈ ਗੱਲ ਨਹੀਂ ਨਾ ਲੱਗੀ ਆ ਕਮਲ ਦਾ ਜੀ ਨਹੀਂ ਕਰਦੇ ਆ ਕੈਸਟ ਵੇਖ ਕੇ ਛੱਡੀ ਜਾਂਦੇ ਵੇਖ ਲਾ ਗੁਰਪਣ ਘਰੇ ਆ ਗੁਰਬਨ ਨੂੰ ਵੀ ਲੈ ਆਣਾ ਸੀ ਨਾਲ ਕੁੜੀ ਵਿਆਹ ਵਾਲੀ ਖੁਸ਼ੀ ਵਿੱਚ ਖੁਸ਼ੀ ਬੜੀ ਹੁੰਦੀ ਕੌਣ ਤੈਨੂੰ ਨੀ ਪਹਿਲਾਂ ਮੈਂ ਨੌਂ ਕੁ ਦਿਨ ਪਾਈਆਂ ਸ਼ਾਇਦ ਨੌਂ ਕੁ ਦਸ ਦਿਨ
ਗਾਈ ਹੋ ਦੋ ਢਾਈ ਘੰਟੇ ਹੋ ਗਿਆ ਔਰ ਮੈਂ ਬਿਲਕੁਲ ਸਹੀ ਹਾਂ ਵਿਆਹ ਤੋਂ ਬਾਅਦ ਬਿਮਾਰ ਹੋਈ ਔਰ ਤੁਸੀਂ ਇਹ ਨਹੀਂ ਕਹਿ ਸਕਦੇ ਸਹੁਰੇ ਜਾ ਕੇ ਤੁਹਾਡੇ ਪਿੰਡ ਜਾ ਕੇ ਬਿਮਾਰ ਹੋ ਗਈ ਬਿਮਾਰ ਹੋ ਗਈ ਕਪਲ ਦੀ ਐਕਟਿਵਾ ਵਾ ਬਹੁਤ ਜ਼ਿਆਦਾ ਸੋਹਣੀ ਆ ਥੈਂਕ ਯੂ ਹੁਣ ਹੁਟਾ ਦਿਆ ਕਰੇਗੀ ਸਾਨੂੰ ਹੀ ਖੜਿਆ ਕਰੇਗੀ ਮੱਸਿਆ ਮੱਸਿਆ ਤੈਨੂੰ ਜਾਂਚ ਤੇ ਹੈਗੀ ਮੈਂ ਵੇਖਣ ਦੀ ਹਾਂ ਵੀਡੀਓ ਦੇ ਵਿੱਚ ਥੋੜੀ ਬੋਦੀ ਝਾਕਾ ਨਾ ਜੀ ਅੱਛਾ ਮਗਰ ਸਾਰੇ ਜਣੇ ਪਓ ਗੁਰਦੁਆਰੇ ਹੌਲੀ ਹੌਲੀ ਆਪੇ ਆ ਜਾਣੀ ਯਾਦ ਚ ਓਹੀ ਨਾ ਹੁਣ ਕਵਲ ਹੁਣੀ ਚਲ ਗਏ ਆ ਕਵਲ ਤੇ ਕਵਲ ਦਾ ਪ੍ਰਾਹੁਣਾ ਮਹਿੰਦਰ ਹੁਣੀ ਮਾਸੀ ਹੁਣੀ ਆਏ ਸੀਗੇ ਇੱਧਰ ਮੈਨੂੰ ਲੱਗਦਾ ਵੀਰ ਅੱਜ ਕਰੂਗਾ ਕੁਝ ਗੁੱਸਾ ਕਰ ਲਿਆ ਅੱਜ ਵੀਰ ਨੇ ਬਣ ਜੂ ਸ਼ਾਮ ਤੱਕ ਆਹੋ ਆਨੰਦ ਦਾ ਬੈਡ ਵੀ ਬਣਾਉਣਾ ਆਨੰਦ ਦਾ ਬੈਡ ਵੀ ਬਣਾਉਣਾ ਬਾਅਦ ਚ ਵੀਰ ਜੀ ਤੁਹਾਨੂੰ ਸਾਈ ਇੱਕ ਹੋਰ ਦਿੰਦੇ ਅੱਜ ਫੇਰ ਦਿਨ ਕਿੰਨਾ ਲੱਗਾ ਏ ਪਹਿਲਾਂ ਆਪਣੇ ਬੂਰੇ ਦੇ ਨਾਲ ਬੜਾ ਖੇਡਦੇ ਹੁੰਦੇ ਸੀ ਫਰਸ਼ ਤੇ ਪਾਉਂਦੇ ਹੁੰਦੇ ਸੀ ਨਾ ਇਹ ਪੱਥਰ ਪਾਉਂਦੇ ਹੁੰਦੇ ਸੀ ਬੜਾ ਬਰੀਕ ਬੂਰਾ ਬੜਾ ਰਿੜਦੇ ਹੁੰਦੇ ਆਹੋ ਆਹੋ ਇਸ ਤਰ੍ਹਾਂ ਹਾਂ ਬੂਰਾ ਆਹ ਬਣਾਇਆ ਨਿਕਾ ਜਿਹਾ ਆਪਾਂ ਟੇਬਲ ਇੱਕ ਇਹਦੀ ਅਜੇ ਮਾੜੀ ਜਿਹੀ ਕਰਨੀ ਸੈਟਿੰਗ ਛੋੜਨ ਗਏ ਇਹਦੇ ਉੱਤੇ ਇੱਥੇ ਅਜੇ ਲਾਉਂਦੇ ਆ ਆਪਾਂ ਮਾਈਕਾ ਮੁਈਕਾ ਅਜੇ ਇਹਨੂੰ ਵਧੀਆ ਬਣਾਉਂਦੇ ਅਜੇ ਹੋਰ ਵਧੀਆ ਇਹਦੇ ਚ ਪਾਪਾ ਸਾਈਡ ਸਾਈਡ ਸਾਰਾ ਪੇਂਟ ਕਰਕੇ ਨਾ ਇੱਥੇ ਕੋ ਮਤਲਬ ਜਿਹੜਾ ਉਹ ਕਾਹ ਜਿਹੇ ਟਾਈਪ ਆਪਾਂ ਉੱਤੇ ਨਹੀਂ ਵਿਛਾਇਆ ਉਹ ਵੀ ਇੱਥੇ ਵਿਛਾਣਾ ਨਹੀਂ ਇੱਥੇ ਨਹੀਂ ਵਿਛਾ ਸਕਦੇ ਇੱਥੇ ਬਹੁਤ ਨਿਸ਼ਾਨੀਆਂ ਲਾਇਆ ਹਾਂ ਇਹਨੂੰ ਪ੍ਰੈਸ ਦੇ ਤੌਰ ਤੇ ਵਰਤ ਕਰਨ ਵਾਸਤੇ ਨਿਸ਼ਾਨੀਆਂ ਲਾਇਆ ਜਿਹੜੀ ਮਸ਼ੀਨ ਦੇ ਉੱਤੇ ਆਪਾਂ ਵਰਕ ਕਰਦੇ ਨਾ ਉਹਦੀਆਂ ਨਿਸ਼ਾਨੀਆਂ ਨਿਸ਼ਾਨੀਆਂ ਇੱਥੇ ਲਾਇਆ ਕਰਾਂਗੇ ਤੇ ਆਪਾਂ ਹੁਣ ਹੌਲੀ ਹੌਲੀ ਇਹਦੀ ਸੈਟਿੰਗ ਕਰਤੀ ਸਾਰੀ ਇਹਨੂੰ ਪੇਂਟ ਪੂੰਟ ਕਰਾ ਕੇ ਥੱਲੇ ਪੇਂਟ ਮਾਰ ਦਿੰਦੇ ਇਹਦੇ ਉੱਪਰ ਇੱਕ ਲੱਗਦਾ ਹੁੰਦਾ ਸਨਮਾਈਕਾ ਜਿਹਾ ਉਹ ਲਾ ਦਿੰਦੇ ਆਪਾਂ ਅੱਛਾ ਠੀਕ ਹੈ ਠੀਕ ਹੈ ਕਵਲ ਸੂਟ ਲੈਣ ਆਈ ਜਿਹੜਾ ਉਹਨੇ ਕਢਾਇਆ ਨਹੀਂ ਅੱਛਾ ਅੱਛਾ ਲੈ ਗਈ ਚੱਲ ਵਧੀਆ ਉਹਨੇ ਕਿਹਾ ਪਾ ਕੇ ਵੀਡੀਓ ਵੀਡੀਓ ਪਾ ਜਾਰੀ ਹੁਣ ਹੁਣ ਆਰਡਰ ਕਰੀਏ ਸ਼ੁਰੂ ਲੈਣੇ ਹੁਣ ਆਪਾਂ ਕਰਤਾ ਕੰਮ ਸਟਾਰਟ ਆਰਡਰ ਸਟਿਚ ਹੋਣਾ ਗਿਆ ਮੈਂ ਆਰਡਰ ਜਿਹੜੇ ਆ ਉਹ ਹੁਣ ਤੁਸੀਂ ਦੇ ਸਕਦੇ ਜੇ ਸਾਨੂੰ ਸਾਡਾ ਜਿਹੜਾ ਹੁਣ ਅਸੀਂ ਸਾਰਾ ਕੁਝ ਹੁਣ ਜਿਹੜਾ ਰੈਡੀ ਕਰਤਾ ਆ ਤੇ ਹੁਣ ਆਪਾਂ ਆਰਡਰ ਲੈਣੇ ਵੀ ਸ਼ੁਰੂ ਕਰਤੇ ਆ ਕਿਉਂਕਿ ਅੱਜ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਤੇ ਬਹੁਤ ਜ਼ਿਆਦਾ ਸੰਗਤਾਂ ਨੇ ਰਸ਼ ਬਹੁਤ ਜ਼ਿਆਦਾ ਉੱਥੇ ਲਾਗੇ ਹਸਪਤਾਲ ਉੱਧਰ ਹੀ ਦਰਬਾਰ ਸਾਹਿਬ ਦੇ ਕੋਲ ਹੀ ਜਾਣਾ ਪੈਣਾ ਚੱਲੀਏ ਫਿਰ ਦੀਵਾਰ
ਦੁਆਰ ਦੀ ਸਿਕਿਉਰਿਟੀ ਲੈ ਆਨੰਦ ਟਿਊਸ਼ਨ ਤੇ ਚੱਲਣ ਲਈ ਤੇ ਆਨੰਦ ਨੂੰ ਨਾਲ ਲੈ ਜਾਣਾ ਸੀ। ਬਾਏ ਬਾਏ ਆਨੰਦ, ਤੁਸੀਂ ਜਾਓ ਟਿਊਸ਼ਨ ਤੇ ਅਸੀਂ ਚੱਲੇ ਸ਼ਹਿਰ। ਕਿਹਦੇ ਨਾਲ? ਠੀਕ ਕਰਾ ਦਾਂਗੇ। ਆਨੰਦ ਹੁੰਦੀ ਉਹਨੇ ਬੜਾ ਖੁਸ਼ ਹੋਣਾ ਸੀ ਦੇਖ ਕੇ। ਬਾਬਾ ਜੀ ਆਏ ਜਾਵਦੇ ਇੱਧਰ। ਬਾਬਾ ਜੀ ਦਾ ਬਾਬੇ ਸ਼ੀ ਦੀ ਮੱਥਾ ਟੇਕਣ ਆਏ ਹੋਣੇ ਨਾ। ਮਦਨ ਹੱਟ ਤੋਂ ਪਹਿਲਾਂ ਆ ਗਿਆ, ਮਦਨ ਸ਼ਹਿਰ ਸੀਗਾ। ਕਿੱਦਾਂ ਪੁੱਤ, ਠੀਕ ਹੈ ਹੁਣ? ਉੱਚੀ ਬੋਲ ਮਾਸਾ। ਹਾਂਜੀ ਹਾਂ, ਇੱਦਾਂ ਵੈਰੀ ਗੁੱਡ, ਠੀਕ ਹੈ ਹੁਣ? ਚੱਲ ਹੋ ਗਈ ਕਾਇਮ, ਤੂੰ ਨਾ ਟੈਨਸ਼ਨ ਲੈ ਹੁਣ। ਮਨ ਤਗੜਾ ਰਹਿ ਕੇ ਹੋਗਾ, ਕਾਇਮ ਹੈ ਹੁਣ। ਇਹਨੂੰ ਮੈਂ ਫੋਨ ਕੀਤਾ, ਰੋਈ ਜਾਵੇ ਸੋ, ਚੱਲ ਰੋਈਦਾ ਨਹੀਂ ਹੁੰਦਾ, ਕੁਛ ਨਹੀਂ ਹੋਇਆ, ਦੁੱਖ ਸੁੱਖ ਇੱਦਾਂ ਚੱਲ ਰਿਹਾ। ਉਹ ਖੁਸ਼ ਹੋ ਗਏ, ਉਹ ਸਾਨੂੰ ਵੇਖ ਕੇ ਹੁੰਦਾ ਖੁਸ਼ ਹੋ ਗਈ। ਆਹੋ ਤਾਂ ਵਧੀਆ ਚੱਲ ਗਈ ਸਗੋਂ। ਸੱਗੂ ਤੂੰ ਠੀਕ ਹੈ? ਸੱਗੂ ਠੀਕ ਹੈ? ਸੱਗੂ ਓਕੇ ਹੈ ਕਹਿੰਦਾ ਸੱਗੂ। ਕੋਈ ਨਹੀਂ, ਹੋ ਜਾਣਾ ਕੈਮ, ਕੈਮ ਆ ਕੇ ਤੁਹਾਨੂੰ ਬੜਾ। ਹੈਲੋ, ਲੈ ਅਗਰ ਪਿਛੜੀ ਆ ਗਏ ਆਪਾਂ। ਆਹੋ ਸਤਿ ਸ਼੍ਰੀ ਅਕਾਲ। ਕਿੰਨਾ ਕਿੰਨਾ ਲੋਕ ਲੱਗਾ ਇਹ ਟਾਈਮ? ਕਿੰਨਾ ਘੰਟੇ ਦਾ ਹੁਣ? ਡੇਢ। ਸ਼ਾਬਾਸ਼, ਵੇਖ ਲਾ ਵਧਣ ਕੰਮ ਇਹਦਾ। ਤੇ ਪਹਿਲੇ ਵੀ ਲਾਇਆ, ਇਹਦਾ ਪਾਸਵਰਡ ਲਾਈ ਜਾਂਦਾ ਮੈਂ, ਆਪਣੇ ਫੋਨ ਦਾ ਨੰਬਰ ਭੁੱਲ ਗਈ, ਲੌਕ ਭੁੱਲ ਗਿਆ। ਬਸ ਠੀਕ, ਪਹਿਲੋਂ ਲਾਇਆ 15 ਮਿੰਟਾਂ ਦਾ ਲੱਗ ਗਿਆ, ਦੂਜੀ ਦੀ ਗਲਤ ਲਾਇਆ 1 ਘੰਟੇ ਦਾ ਲੱਗ ਗਿਆ, ਤੀਜੀ ਦੀ ਗਲਤ ਲਾਇਆ 3 ਘੰਟੇ ਦਾ ਲੱਗ ਗਿਆ। ਜੇ ਹੁਣ ਗਲਤ ਲੱਗ ਗਿਆ ਤੇ ਮਹੀਨਿਆਂ ਦੇ, ਮਹੀਨਿਆਂ ਦੇ ਹੋਏ ਨਾ। ਮੈਂ ਉਹਨਾਂ ਨੂੰ ਕਿਹਾ ਤੂੰ ਫੜ ਕੇ, ਉਹ ਆਪਣਾ ਜਿਹੜਾ ਆਈਫੋਨ ਸੀ ਕਿੰਨਾ ਲੱਗਾ ਸੀ ਉਹਨੂੰ? ਉਹ ਅਖਲਾ ਹੀ ਮੇਰੇ ਕੋਲ ਹੈਗਾ ਆਈਫੋਨ, ਕਿਹੜਾ ਐਸ ਸੀ ਸ਼ਾਇਦ ਪਹਿਲੇ ਜਿਹੜੇ ਆਏ 5, ਉਹਨੂੰ ਪਤਾ ਨਹੀਂ ਗੁਰੂ ਆ ਕਿੰਨੇ ਘੰਟਿਆਂ ਦਾ ਲੌਗ ਲੱਗਾ ਸੀ, ਤੇ ਮੈਂ ਉਹਦਾ ਹਿਸਾਬ ਕਰਨਾ ਪੈਂਦਾ 10 ਸਾਲਾਂ ਦਾ ਖਰੇ ਬਣ ਡਿਆ ਸੀ। ਸੱਚੀ ਗੱਲ ਨਹੀਂ, ਇਹ ਮਜ਼ਾਕ ਨਹੀਂ, ਉਦਾਂ ਹੀ ਪਿਆ ਹੋਣਾ। ਆਹੋ ਵੇ ਗੁਰਨਵਾਜ ਚੱਲ ਵੇ, ਹੋਵੇ ਕਿੱਥੇ ਦੀਦੀ ਨਾਲ ਘੁੰਮਣ ਡਿਆ ਸੀ। ਗੁਰਨਵਾਜ ਦੀਦੀ ਨੂੰ ਮਿਲਣਾ ਆ, ਠੀਕ ਹੈ ਦੀਦੀ, ਹੈ ਨਾ? ਵਿਪਲ ਵਿਪਲ ਕਿੱਦਾਂ ਚੁੱਕੂਗੀ ਤੈਨੂੰ, ਸੂਈ ਦਿਖਾ ਦੇਂਗਾ ਉਹਦੀ ਵਿਚਾਰੀ ਦੀ। ਉਹ ਮਹਿੰਦਾ ਸਾਰੇ ਜਣੇ ਕਿੱਦਾਂ ਇਕੱਠੇ ਜੇ ਹੋਏ ਫਿਰ, ਉਹ ਤਾਂ ਦੀਦੀ ਨੂੰ ਮਿਲਣਾ ਆ ਆਪਾਂ ਸਾਰੇ ਜਣੇ। ਅੱਜ ਤਾਂ ਦੀਦੀ ਨੇ ਕੀਤੇ ਸਾਰੇ ਇਕੱਠੇ ਅੱਜ। ਹਾਂ, ਵਿਪਲ ਦਾ ਪਤਾ ਲੈਣਾ ਹੈ, ਵਿਪਲ ਨੂੰ ਫੁੱਲ ਤਾਂ ਕੋਈ ਵੀ ਨਹੀਂ ਲੈ ਕੇ ਆਇਆ ਵਿਚਾਰੀ, ਖੁਸ਼ ਹੋ ਗਈ ਆ ਵੇਖ ਕੇ ਆਉਂਦੇ ਹਾਂ। ਨਹੀਂ ਦਿਖਾਇਆ ਥੋੜੀ, ਅੰਮ੍ਰਿਤਸਰ ਤੋਂ ਆਪਾਂ ਜਾਏ, ਵਿਪਲ ਦਾ ਪਤਾ ਵੀ ਲੈ ਆਏ, ਵਿਪਲ ਨੂੰ ਮਿਲ ਆਏ ਹੁਣ, ਠੀਕ ਹੈ? ਅੱਗੇ ਨਾਲੋਂ ਕਾਫੀ ਫਰਕ ਆ। ਉੱਧਰੋਂ ਅਨਹਦ ਨੇ ਸਾਨੂੰ ਥੋੜ੍ਹਾ ਜਿਹਾ ਵਿੱਚੇ ਫੋਨ ਕਰਕੇ ਲੇਟ ਕਰਾ ਦਿੱਤਾ, ਕਿਉਂਕਿ ਕਹਿੰਦੀ ਮੇਰਾ ਸਮਾਨ ਲੈ ਕੇ ਆਇਓ, ਜ਼ਰੂਰੀ ਆ, ਚਾਰਟ ਬਣਾਉਣੇ ਆ ਸਵੇਰੇ। ਮੈਂ ਤੁਹਾਨੂੰ ਕੱਲ੍ਹ ਸਵੇਰੇ ਉੱਠ ਕੇ ਆਪਣੇ ਕਾਰਡ ਦਿਖਾਉਂ।
ਹਾਂ ਅਨੰਦ ਨੇ ਕਾਰਡ ਬਣਾਉਣਾ ਹੈ ਟੀਚਰ ਡੇ ਵਾਸਤੇ ਤੇ ਪਾਪਾ ਨਾਲ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਰੈਡੀਮੇਡ ਕਾਰਡ ਲੈਣ ਤੇ ਮੈਨੂੰ ਪਤਾ ਮੈਂ ਕਿਹਾ ਲੇਟ ਬੜੀ ਹੋ ਗਏ ਆ ਅਪਲੋਡ ਕਰਤੀ ਆਪਾਂ ਸਵੇਰੇ 8 ਵਜੇ ਦੀ ਪਾਰਟੀ ਆ ਚੈੱਕ ਕਰ ਲਿਆ ਸਾਰੇ ਜਣੇ ਇੱਧਰ ਹੋਰ ਵੀ ਸੂਟ ਆਏ ਜੇ ਬੜੇ ਸੋਹਣੇ ਸੋਹਣੇ ਤੁਹਾਨੂੰ ਮੈਂ ਵੀ ਦਿਖਾਉਣਾ ਆਹ ਵੇਖਿਓ ਇੱਧਰੋਂ ਪਲੇਨ ਆਏ ਜੇ ਬੜੇ ਪਿਆਰੇ ਪਿਆਰੇ ਇੱਧਰੋਂ ਪਲੇਨ ਦਾ ਫੈਬਰਿਕ ਆਇਆ ਜੇ ਬੜਾ ਜ਼ਬਰਦਸਤ ਜਿਨ੍ਹਾਂ ਦੀਆਂ ਕਢਾਈਆਂ ਆਪਾਂ ਆਪ ਕਰਨੀਆਂ ਹੁਣ ਇਹ ਵੀ ਸਾਰੇ ਜਿਹੜੇ ਜੇ ਆਹ ਸਾਰੇ ਆਪ ਕੋਲ ਕਢਾਈਆਂ ਵਾਲੇ ਸੂਟ ਆਏ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਇਹ ਵੀ ਸਾਰੇ ਜਿਹੜੇ ਆਪਾਂ ਛੇਤੀ ਆਪਾਂ ਪੋਸਟ ਕਰ ਦਿੰਦੇ ਹਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਚਲੋ ਪਲੇਨ ਆ ਗਿਆ ਜੇ ਸਟਾਫ ਬਹੁਤ ਜ਼ਿਆਦਾ ਸ਼ਿਮਰ ਦੇ ਵਿੱਚ ਗਲਾਸ ਸ਼ਿਮਰ ਦੇ ਵਿੱਚ ਇਹ ਸਾਰੇ ਪਲੇਨ ਨੇ ਜਿੰਨੇ ਮਰਜ਼ੀ ਸੂਟ ਤੁਸੀਂ ਬੁੱਕ ਕਰ ਲਿਓ ਅਤੇ ਇੱਧਰੋਂ ਭਾਅ ਜੀ ਕਹਿੰਦੇ ਹੁਣ ਮੇਰੀ ਵਾਰੀ ਮੈਂ ਵੀਡੀਓ ਬਣਾਊਂਗਾ ਕਿਹੜੇ ਥੱਲੇ ਵਾਲੇ ਪੇਂਟ ਵਾਲੇ ਵੀ ਕਹਿੰਦੇ ਬੜੇ ਵਧੀਆ ਵੀ ਦਿਖਾ ਦਿਓ ਭਾਅ ਜੀ ਆਹ ਲਓ ਜੀ ਇਹ ਇੱਦਾਂ ਦਿਖਾ ਦਿਓ ਕੋਈ ਗੱਲ ਨਹੀਂ ਇਹਨਾਂ ਦੀ ਵੀਡੀਓ ਆਪਾਂ ਸਵੇਰੇ ਪਾ ਦੇਣੀ ਹੈ ਜੀ ਚੈੱਕ ਕਰ ਲਿਓ ਪਾ ਕਾਹਦੀ ਦੇਣੀ ਸਵੇਰੇ ਜਿੰਨਾ ਚਿਰ ਤੁਸੀਂ ਵੀਡੀਓ ਵੇਖਣੀ ਉਹਨਾਂ ਚਿਰ ਅਨੰਦ ਆਰਟਸ ਬੁਟੀਕ ਚੈਨਲ ਤੇ ਪੈ ਗਈ ਹੋਣੀ ਮੈਂ ਸਾਰਿਆਂ ਨੂੰ ਗੱਲ ਕਹਿਣੀ ਸੀ ਜਿਹੜੇ ਵੀ ਟੀਚਰ ਸਾਡਾ ਵਲੌਗ ਵੇਖਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੈਪੀ ਟੀਚਰਸ ਡੇ ਜਿੰਨੇ ਵੀ ਟੀਚਰ ਨੇ ਇਸ ਵਲੌਗ ਦੇ ਵਿੱਚ ਚੈਨਲ ਦੇ ਉੱਤੇ ਐਡ ਹੋਏ ਜਿਹੜੇ ਵੀ ਸਾਰੇ ਰਿਸਪੈਕਟਡ ਨੇ ਸਾਰਿਆਂ ਨੂੰ ਹੈਪੀ ਟੀਚਰ ਡੇ ਤੇ ਸੂਟ ਤੁਹਾਨੂੰ ਮੈਂ ਸੋਹਣੇ ਸੋਹਣੇ ਦਿਖਾ ਤੇ ਤੁਸੀਂ ਵੇਖ ਹੀ ਲਏ ਹੋਣੇ ਤੇ ਇਹ ਆਪਾਂ ਸਾਰੇ ਹੁਣ ਕਢਾਈ ਕਰਨੀ ਇਹਨਾਂ ਸੂਟਾਂ ਦੇ ਉੱਤੇ ਮਸ਼ੀਨ ਦੇ ਨਾਲ ਤੇ ਸੋਹਣੇ ਸੋਹਣੇ ਸੂਟ ਇੱਦਾਂ ਹੀ ਆਪਣੇ ਬਣਦੇ ਰਹਿਣੇ ਆ ਤੇ ਅੱਗੇ ਹੋਰ ਨਵੀਆਂ ਵੀਡੀਓ ਜਿਹੜੀਆਂ ਇੱਦਾਂ ਹੀ ਆਉਂਦੀਆਂ ਰਹਿਣੀਆਂ ਤੇ ਹੁਣ ਇਹ ਵੀਡੀਓ ਜਿਹੜੀ ਆ ਇਹਦਾ ਮੈਂ ਤੇ ਅਨਹਦ ਇੱਥੇ ਕਰਦੇ ਆ ਐਂਡ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਕੇਅਰ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ